ਕਿਵੇਂ ਹੋ ਜੀ ਸਾਰੇ ਉਮੀਦ ਆ ਵੀ ਠੀਕ ਠਾਕ ਹੋਵੇ ਇੱਕ ਵਾਰ ਫਿਰ ਸਵਾਗਤ ਆ ਤੁਹਾਡਾ ਸਾਡੇ ਚੈਨਲ ਲਵੀ ਵਲੌਗ ਦੇ ਵਿੱਚ ਅੱਜ ਲੈ ਕੇ ਹਾਜ਼ਰ ਹਾਂ ਜੀ ਨਵਾਂ ਇੱਕ ਹੋਰ ਵਲੌਗ ਅੱਜ ਅਸੀਂ ਆਏ ਹਾਂ ਜੀ ਵੰਡਰਲੈਂਡ ਜਲੰਧਰ ਯਾਰ ਵੇਲੀ ਆਏ ਨਾਲ ਸਾਰੇ ਹੀ ਸਾਰੇ ਆਪਣੇ ਨਾਲ ਹੀ ਪੜ੍ਹਦੇ ਰਹੇ ਆ ਸਕੂਲ ਟਾਈਮ ਸਾਰੇ ਵੀਰ ਅਤੇ ਬਾਕੀ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਹਾਂ ਮਾਹੌਲ ਚਾਹ ਅਤੇ ਦੋ ਗੱਡੀਆਂ 'ਤੇ ਆਏ ਹਾਂ ਹੋਰ ਵੀ ਮੁੰਡੇ ਮਿਲ ਪਏ ਫਿਰ ਇੱਥੇ ਰਾਹ 'ਚ ਆ ਹੁਣ ਇਕੱਠੇ ਹੋ ਗਏ ਹਾਂ ਅਤੇ ਚਲੋ ਦਿਖਾਉਂਦੇ ਤੁਹਾਨੂੰ ਪਹੁੰਚ ਕੇ ਭੀੜ ਵੀ ਹੋ ਗਈ ਆ ਟਿਕਟਾਂ ਵਾਸਤੇ ਇਹਦੇ ਹੁਣ ਟਾਈਮ ਲੱਗੂ ਜਾਪਦਾ ਅਜੇ ਚਲੋ ਕੋਈ ਨਹੀਂ ਜਿੱਦਾਂ ਵੀ ਹੋਊਗਾ ਅਤੇ ਭੀੜ ਕਾਫੀ ਹੋ ਗਈ ਆ ਆਪਣੇ ਨਾਲ ਦੇ ਕਹਿ ਲੈਣ ਟਿਕਟਾਂ ਕੋਈ ਨਹੀਂ ਮਿਲਦੇ ਆ ਤਾਂ ਫਿਰ ਆਪਾਂ ਕਰਦੇ ਹਾਂ ਗੱਲਬਾਤ ਡੇ ਮੁੰਡੇ ਲੈਣ ਅਤੇ ਭੀੜ ਹੀ ਬੜੀ ਹੋ ਗਈ ਅਤੇ ਕੋਈ ਨਹੀਂ ਮਿਲਦੀਆਂ ਟਿਕਟਾਂ ਫਿਰ ਆਪਾਂ ਚੱਲਦੇ ਹਾਂ ਅੰਦਰ ਇਹ ਸਾਰੇ ਆਪਣੇ ਸਕੂਲਿੰਗ ਆਪਾਂ ਇਹਨਾਂ ਦੇ ਨਾਲ ਹੀ ਕੀਤੀ ਆ ਮੁੰਡਿਆਂ ਦੇ ਨਾਲ ਜਿਉਂ ਨਰਸਰੀ ਤੋਂ ਲੈ ਕੇ ਪਲੱਸ ਟੂ ਤੱਕ ਆਪਾਂ ਸਾਰੇ ਹੀ ਪੜ੍ਹੇ ਟਿਕਟਾਂ ਮਿਲ ਗਈਆਂ ਵਾ ਤੇ ਆ ਗਏ ਅੰਦਰ ਆ ਗਏ ਤੁਹਾਨੂੰ ਗੱਡੀਆਂ ਦਾ ਕਰਾਉਣੇ ਤਾਂ ਮਿੱਤਰੋ ਆਪਾਂ ਬਾਅਦ ਹੁਣ ਆਪਾਂ ਨਜ਼ਾਰੇ ਲੈਣੇ ਹਾਂ ਜੇ ਬਸ ਆਵੇ ਤੁਹਾਨੂੰ ਦਿਖਾਉਂਦੇ ਹਾਂ ਫਿਰ ਹੋਰ ਕਲਿੱਪਾਂ ਕਲਿੱਪਾਂ ਅਤੇ ਦਿਖਾਉਂਦੇ ਕਰਾਉਂਦੇ ਦਰਸ਼ਨ ਤੁਹਾਨੂੰ ਆ ਜਾਓ ਸਾਜਨ ਜੀ ਆਉਂਦਿਆਂ ਨਜ਼ਾਰਾ ਕਿ ਨਹੀਂ ਇੱਕ ਭੂੜੇ ਦੇ ਝੂੜੇ ਲੈ ਲਿਆ ਤੇ ਗਾੜੀ ਤੇ ਬਸ ਗਾੜੀ ਆਵੇ ਹੋਰ ਵੀ ਆ ਭੂੜੇ ਵਾਧੂ ਆ ਉੱਤੇ ਜਿਹੜੇ ਤੇ ਜ਼ਿਆਦਾ ਖਤਰਨਾਕ ਆਪਾਂ ਨੀ ਚੜ੍ਹਨਾ ਜਿੱਤੇ ਮਤਲਬ ਕਿ ਹੋ ਜੇ ਖਤਰਨਾਕ ਉੱਤੇ ਜਾ ਕੇ ਨਾ ਕੰਮ ਖਰਾਬ ਹੋਏ ਆਪਣੇ ਨਾਲ ਜੁੜੇ ਭੰਗੜੇ ਵਾਧੂ ਭੰਗੜੇ ਵਾਧੂ ਬਹੁਤ ਖਤਰਨਾਕ ਸੀਗਾ ਇੱਧਰ ਵੀ ਤੇ ਆਵੇ ਵੱਡੇ ਭੰਗੜੇ ਜਿਹੜੇ ਮੇਲਿਆਂ ਦੇ ਲੱਗਦੇ ਉਹ ਵੀ ਹੈਗੇ ਆ ਕੀ ਹੋ ਗਿਆ ਭਾਜੀ ਬੱਲੇ 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 ਚੰਗਾ ਉੱਚਾ ਵਾ ਕੇ ਕਿੰਨਾ ਡਰ ਲੱਗਦਾ ਬਹੁਤ ਭਾਜੀ ਬਹੁਤ ਜ਼ਿਆਦਾ ਲਓ ਜੀ ਮਿੱਤਰੋ ਹੁਣ ਆ ਗਈ ਵੱਡੇ ਭੂੜੇ ਦੀ ਵਾਰੀ ਇੱਧਰ ਚੱਲੇ ਹਾਂ ਵੱਡੇ ਭੂੜੇ ਦੇ ਆ ਗਏ ਮੇਲੇ 'ਚ ਲੱਗਦੇ ਪਿੰਡਾਂ 'ਚ ਉੱਥੇ ਆ ਗਏ ਹਾਂ ਅਤੇ ਇਕੱਠੇ ਜਾਵਾਂ ਹੀ ਬਹਿਣਾ ਇਹ ਸਾਡੀ ਵਾਰੀ ਆਈ ਤੇ ਪਤੀਲਾ ਖੜ ਗਏ ਸਾਡੀ ਵਾਰੀ ਆਈ ਆ ਤੇ ਹੁਣ ਇਹਨਾਂ ਨੇ ਪੂਰਾ ਚਲਾਤਾ ਵਾ ਅਤੇ ਕਹਿੰਦੇ ਹੁਣ ਰੋਜ਼ੂ ਵਾਰੇ ਫਿਰ ਪਾਉਣੇ ਆ ਤੁਹਾਨੂੰ ਕਰ ਲੈਂਦੇ ਲੇਟ ਕਰ ਲੈਂਦੇ ਆ ਗਏ ਆ ਵੱਡੇ ਭੂੜੇ ਤੇ ਹੁਣ ਔਖਾ ਹੋ ਗਿਆ ਜੀ ਉੱਤੇ ਬਹੁਤ ਜ਼ਿਆਦਾ ਉੱਚਾ ਜੀ ਚਲੋ ਠੀਕ ਆ ਮਿਲਦੇ ਆਪਾਂ ਤੁਹਾਨੂੰ ਉੱਤੇ ਦੇ ਸਾਰੇ ਬੜੇ ਖਤਰਨਾਕ ਜੇ ਪੀਂਘਾਂ ਰਹਿ ਗਈਆਂ ਤੇ ਪਰ ਸਾਰੇ ਖਤਰਨਾਕ ਜੇ ਇੱਕ ਵਾਰੀ ਐ ਬੰਦੇ ਦਾ ਕੀ ਕਹਿੰਦੇ ਵੀ ਕਾਲਜਾ
ਸਾਲ ਜਾਂ ਬਾਹਰ ਆ ਜਾਂਦਾ ਇੰਨਾ ਖਤਰਨਾਕ ਆ ਭਾਜੀ ਹੁਣੀ ਚੜੇ ਸੀ ਇਹ ਭੰਗੜਾ ਪਾਈ ਜਾਂਦੇ ਮਾਮੀਆਂ ਲੁੱਟਾਂ ਝੂਟੇ ਮਾੜੇ ਲੈ ਕੇ ਤੇ ਹੁਣ ਆਪਾਂ ਭੁੱਖ ਲੱਗੀ ਤੇ ਰੋਟੀ ਪਾਣੀ ਲੱਗੇ ਖਾਣ ਤੇ ਸਾਰੇ ਵੀਰਾਂ ਨੇ ਮੈਡੀ ਬਸ ਰੋਟੀ ਖਾਣ ਤੇ ਰੋਟੀ ਖਾ ਕੇ ਤੁਹਾਨੂੰ ਮਿਲਦੇ ਹਾਂ ਸਹੀ ਰੋਟੀ ਤੇ ਰੋਟੀ ਖਾ ਕੇ ਤੁਹਾਨੂੰ ਮਿਲਦੇ ਹਾਂ ਤੇ ਫਿਰ ਕੋਈ ਨਹੀਂ ਚੱਲਦੇ ਫਿਰ ਵਾਟਰ ਪਾਰਕ ਸਾਡਾ ਮਿੱਤਰੋ ਸ਼ਗਨ ਡਿਆ ਮੁੰਡੇ ਤੇ ਹੁਣ ਦੋਹਰ ਪਹੁੰਚ ਜਾਣੀ ਆ ਕੇ ਵੀਰ ਨਹੀਂ ਬਸ ਮਿੰਟ ਮਾਰਨ ਡਿਆ ਦੋਹਰ ਪਾਉਣੀ ਕਹਿੰਦੇ ਤੇ ਕਹਿੰਦੇ ਪੂਰੇ ਕਰਕੇ ਜਾਣੇ ਇੱਦਾਂ ਹੀ ਹੁਣ ਮੰਡਲ ਤੀਜੀ ਪਲੇਟ ਆ ਵੀ देखो धक्का चलन डा कि नहीं वेखो आए खिच खिच के ना पानी में सुटन दिया अंदर पर आ वीर जी अजे भी कैम ने वेखो वेखो है डटे आ वीर भी डटे वा इधर बस हो गई आप आप टाइम ना ही बस करती है पर थोड़ा सू वेख बड़ी हैरानी हेल्प करवानी पैनी होने की मुंडे की कराने हेल्प कराने मेन बंदे आवे आ गए ये चंगा जान डे दो दो तीन आवे कोई नहीं चल हेल्प करा दी मुंडे हूँ जी ने कह ही दिता ही दूरी हरी पालो तो हूँ धक्का ही चलन दिया जे फिर मेरे इधर हो गया काम पानी ना एक एक चमच ते एक पानी ਉਡਾ ਲੈ ਲਿਆ ਵਾ ਤੇ ਹੁਣ ਚੱਲੇ ਆਪਾਂ ਵਾਟਰ ਪਾਰਕ ਜਿੱਥੇ ਸਭ ਤੋਂ ਜ਼ਿਆਦਾ ਨਜ਼ਾਰਾ ਆਉਣਾ ਵਾ ਗੱਡੀ ਬਹੁਤ ਭਜਾਈ ਤੇ ਆਪਾਂ ਚੱਲਦੇ ਹਾਂ ਉੱਥੇ ਹੁਣ ਵਾਟਰ ਪਾਰਕ 'ਚ ਚੱਲਦੇ ਹਾਂ ਉੱਥੇ ਮਿਲਦੇ ਹਾਂ ਭਾਬੇ ਉਹ ਨਜ਼ਾਰੇ ਆ ਪੂਰੇ ਤੇ ਸਵੀਮਿੰਗ ਪੂਲ 'ਚ ਬਹਿ ਜਾਂਦਾ ਹੁਣ ਤੇ ਦੂਜਿਆਂ ਨੂੰ ਵੀ ਮਿਲਾਉਂਦੇ ਦੂਜੇ ਦੂਜੀ ਸਾਈਡ ਆ ਆਪਣੇ ਬੰਦੇ ਤੇ ਕੋਈ ਨਹੀਂ ਆਪਾਂ ਉਹਨਾਂ ਨੂੰ ਮਿਲਦੇ ਹਾਂ ਉਹ ਅਸੀਂ ਫੋਨ ਲੈਣਾ ਸੀ ਪਹਿਲਾਂ ਚੱਲ ਗਏ ਹਾਂ ਤੇ ਫਿਰ ਪਾਣੀ ਪੂਣੀ ਜ਼ਿਆਦਾ ਮੈਂ ਜ਼ਿਆਦਾ ਨਾ ਵੀ ਵਾਰੀਏ ਮਨਾਉਂਦੇ ਆਪਾਂ ਉਹਨਾਂ ਨਾਲ ਵੀ ਆ ਜਾਓ ਪੂਰੀਆਂ ਰੌਣਕਾਂ ਲੱਗੀਆਂ ਇੱਥੇ ਚਲੋ ਡਿਸਕੋ 'ਚ ਗਏ ਆ ਤੇ ਆਪਾਂ ਉਹਨਾਂ ਦੇ ਮਗਰੇ ਚੱਲ ਜਾਣਾ ਉੱਥੇ ਹੀ ਆਪਾਂ ਵੀ ਆ ਜਾਓ ਆ ਜਾਓ ਕਰਾਉਂਦੇ ਹਾਂ ਤੁਹਾਨੂੰ ਦਰਸ਼ਨ ਮਿਲੋ
अपने बंदे जो ज्यादा चूंगे ना पानी तो मैं पानी पुनी देखिए फोन तो काम अपना अजे खराब इस करके हम आप फिर आप निकलना इतों या बस बाबा थावान से लिया राइड वगैरह इधर भी आज दिखाने फला तो नून पैर के ब्लॉग चंगा लगे तो शेयर जरूर कराया करो तो बाकी कोशिश इदा ही बनाते बनाते रही वा मजे मजे हौली हौली तुम्हें पता काम सैट होगा ना तो फिर भी लाइक कमेंट करके दस्यो जरूर किवें लगा तो बस चलने हम चाले पाउन लगे घर हम मिलेंगे फिर अगले के ब्लॉग चलो ठीक है जी सत श्री अकाल।